ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਅਮਨੇ, ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ ਤੂੰ? ਹਾਂ ਜੀ, ਐਨ ਵਧੀਆ ਵਧੀਆ। ਫਸਟ ਕਲਾਸ ਹੈ। ਉਹ ਪਿੱਛੇ ਨਾ ਨਿੰਮੇ ਦੀ ਜੀਰੀ ਝਾੜ ਹੋ ਰਹੀ ਹੈ, ਅਸੀਂ ਦੇਖਣ ਆਏ ਹੋਏ ਆ ਵੀ ਉਹਦੇ ਵਿੱਚ ਉਹਨਾਂ ਕਿਆ ਕਹਿੰਦਾ ਹੁੰਦਾ ਵੀ ਭਈ ਇਹ ਛੱਡਦੇ ਤਾਂ ਨਹੀਂ ਹੈਗੇ, ਦਾਣੇ ਛੱਡਦੇ, ਅਸੀਂ ਉਹ ਦੇਖਣ ਆਏ ਹੋਏ ਆ। ਦੇਖੋ ਜੀ, ਕੱਲ ਜੋ ਟ੍ਰੈਜਡੀ ਹੋਈ ਹੈ ਨਾ, ਵੀ ਕੱਲ ਕੁ ਪਰਸੋਂ ਹੋਈ, ਜੋ ਜਦੋਂ ਉੱਥੇ ਇੱਕ ਅੰਮ੍ਰਿਤਸਰ ਹੋਈ ਹੈ, ਅਤੇ ਮੈਨੂੰ ਤੁਹਾਡੇ ਬੜੇ ਮੈਸੇਜ ਟੈਲੀਫੋਨ ਬਹੁਤ ਆਏ ਵੀ ਭਾਅ ਜੀ ਤੁਸੀਂ ਮਾੜਾ ਜਿਹਾ ਦੱਸੋ ਕਿਆ ਚੱਕਰ ਹੋਇਆ। ਅੱਧੇ ਲੋਕਾਂ ਨੂੰ ਇਹ ਪਤਾ ਨਹੀਂ ਵੀ ਕਿਆ ਖੇਡ ਕਿਆ ਬਣੀ ਹੈ ਇਹ। ਖੇਡ ਐਂ ਹੋਈ ਹੈ ਨਾ, ਟ੍ਰੇਨ 'ਤੇ ਬੈਠੇ ਤੇ ਲੋਕ ਨਾ ਉਹ ਦੇਖਦੇ ਤੇ ਰਾਮਣ, ਹਾਂ ਹਾਂ, ਉਹ ਕਹਿੰਦੇ ਵੀ ਜਾਣਾ ਲਾਈਨ 'ਤੇ ਬੈਠੇ ਤੇ ਉੱਧਰ ਜ਼ਿਆਦਾ ਅੱਗ ਲੱਗੀ, ਪਟਾਕਿਆਂ ਦੇ ਖੜਕਾ ਇੰਨਾ ਹੋਇਆ ਨਾ, ਲੋਕ ਨੱਠ ਲਏ ਵੀ ਸਾਡੇ ਪੰਨਾ ਗਿਰ ਜਾਵੇ ਕਿ ਅੱਗ ਪੈ ਗਈ ਖਾਸੀ। ਉਹ ਨੱਠਣੇ ਕਰਕੇ ਕੁਛ ਜਿਹੜੇ ਟ੍ਰੇਨ ਦਾ ਖੜਕਾ ਨਹੀਂ ਸੁਣਿਆ ਉਹਨਾਂ ਲੋਕਾਂ ਨੂੰ, ਉਹਨਾਂ ਪਰ ਚੜ ਗਈ ਲੋਕ। ਤੁਹਾਨੂੰ ਮੈਂ ਦੱਸਦਾ ਵੀ ਕਿਆ ਚੱਕਰ ਹੋਇਆ ਸਾਰਾ, ਮੈਂ ਸਮਝਾਉਂਦਾ, ਮੇਰੇ ਵੱਲ ਸਮਝਣ ਦੀ ਕੋਸ਼ਿਸ਼ ਕਰਿਓ। ਉੱਥੇ ਤਿੰਨ ਲਾਈਨਾਂ ਲੰਘਦੀਆਂ, ਉੱਥੇ ਤਿੰਨ ਲਾਈਨਾਂ ਲੰਘਦੀਆਂ, ਜਿਸ ਟਾਈਮ ਰਾਵਣ ਨੂੰ ਅੱਗ ਲਾਉਣੀ ਸੀ ਉਸ ਤੋਂ ਪਹਿਲਾਂ ਘੰਟਾ ਕੁ ਪਹਿਲਾਂ ਇੱਕ ਟ੍ਰੇਨ ਲੰਘ ਕੇ ਗਈ ਹੈ ਉੱਥੇ ਦੀ। ਉੱਥੋਂ ਉਹ ਜਦੋਂ ਟ੍ਰੇਨ ਲੰਘੀ ਉੱਥੋਂ ਇੱਕ ਘੰਟਾ ਪਹਿਲਾਂ ਟ੍ਰੇਨ ਲੰਘੀ ਹੈ, ਸਾਰੇ ਜਿੰਨੇ ਵੀ ਰਾਹ ਗਰੀ ਉੱਥੇ ਖੜ੍ਹੇ ਤੇ ਸਾਰਿਆਂ ਸਾਈਡ ਦੇ ਦਿੱਤੀ, ਸਾਈਡ ਹੋ ਗਏ ਅਤੇ ਟ੍ਰੇਨ ਲੰਘ ਗਈ। ਜਿਸ ਟਾਈਮ ਇਹ ਟ੍ਰੇਨ ਆਈ ਹੈ ਉਸੀ ਟਾਈਮ ਤੋਂ ਰਾਵਣ ਨੂੰ ਅੱਗ ਲਾ ਦਿੱਤੀ, ਠੀਕ ਹੈ, ਉਸੀ ਟਾਈਮ ਰਾਵਣ ਨੂੰ ਅੱਗ ਲੱਗ ਗਈ। ਅਤੇ ਉਹ ਜਿਹੜੇ ਪਟਾਕਿਆਂ ਦੀ ਆਵਾਜ਼ ਇੰਨੀ ਤੀ ਜ਼ਿਆਦਾ ਤੀ ਵੀ ਇੰਨੇ ਕੁ ਪਟਾਕੇ ਫਿੱਟ ਕਰੇ ਹੋਏ ਤੇ ਵੀ ਜਿਹੜੀ ਦੂਜੇ ਪਾਸੋਂ ਟ੍ਰੇਨ ਕਹਿੰਦੇ ਆਪਣਾ ਆਉਂਦੀ ਸੀ ਉਹ ਪਤਾ ਨਹੀਂ ਲੱਗੀ ਹੈਗੀ, ਰੌਲਾ ਵੀ ਨਹੀਂ ਸੁਣਿਆ, ਰੌਲਾ ਕਹਿੰਦੇ ਸੁਣਿਆ ਨਹੀਂ ਵੀ ਇੰਨੀ ਤੇਜ਼ੀ ਨਾਲ ਵੀ ਹੈ, ਬਸ ਉਹ ਕੁਚਲਦੀ ਜਾਏਗੀ ਉਹ। ਉਸ ਐਨ ਉਹੀ ਉਸੀ ਟਾਈਮ ਟ੍ਰੇਨ ਆ ਗਈ, ਉਸੀ ਟਾਈਮ ਰਾਵਣ ਨੂੰ ਅੱਗ ਲੱਗ ਗਈ, ਪਟਾਕਿਆਂ ਦੀ ਆਵਾਜ਼ ਵਿੱਚ ਪਤਾ ਨਹੀਂ ਲੱਗਿਆ ਹੈ। ਉਹ ਜਿਹੜੇ ਹੁਣ ਉੱਥੇ ਦੇ ਆਏ ਉਹ ਦੱਸਦੇ ਸਾਰੇ, ਇੱਕ ਦਿਨ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਕੋਠੇ ਪਰ ਖੜਾ, ਮੈਂ ਕਹਿੰਦਾ ਵੀ ਬੰਦੇ ਨੇ ਇੰਟਰਵਿਊ ਚੱਲਦੀ ਸੀ ਮੈਂ ਦੇਖਦਾ ਟੀ ਵੀ ਦੇ ਵਿੱਚ, ਕਹਿੰਦਾ ਸੀ ਮੈਂ ਕੋਠੇ ਪਰ ਖੜਾ ਤਾ, ਕਹਿੰਦਾ ਵੀ ਉੱਧਰ ਰਾਵਣ ਨੂੰ ਅੱਗ ਲੱਗ ਜਾਣੀ, ਇੱਧਰ ਟ੍ਰੇਨ ਆ ਜਾਣੀ। ਕਹਿੰਦਾ ਮੈਂ ਕਹਿੰਦਾ ਹਲੇ ਮੈਂ ਆਹ ਸੋਚ ਰਿਹਾ, ਕਹਿੰਦਾ ਇੱਦਾਂ ਹੀ ਹੋਇਆ, ਕਹਿੰਦਾ ਵੀ ਆ ਜਿਹੜੇ ਇੱਥੇ ਲੋਕ ਹਨ ਵੀ ਆਹ ਜਿਹੜੇ ਟ੍ਰੇਨ ਦੇ ਬਾਰੇ ਕਹਿੰਦਾ ਕੁਚਲੇ ਜਾਣਾ। ਕਹਿੰਦਾ ਉਸ ਟਾਈਮ ਜਿੱਦਾਂ ਰਾਵਣ ਨੂੰ ਅੱਗ ਲੱਗੀ ਮੈਂ ਸਾਹਮਣੇ ਟ੍ਰੇਨ ਆਉਂਦੀ ਦੇਖ ਲਈ, ਕਹਿੰਦਾ ਮੈਨੂੰ ਆਹ ਸਾਹਮਣੇ ਦਿਖੀ ਆ ਟ੍ਰੇਨ, ਕਹਿੰਦਾ ਉੱਪਰ ਤੇ ਮੈਂ ਹਾਕਾਂ ਵੀ ਬਹੁਤ ਮਾਰਿਆ, ਉਹ ਸਾਈਡ ਹੋ ਜਾਓ ਤੁਸੀਂ ਮਰ ਜਾਣਾ। ਕਹਿੰਦਾ ਵੀ ਮੈਂ ਹੁਣ ਉਦੋਂ ਹੀ ਟ੍ਰੇਨ ਜਦੋਂ ਉਦੋਂ ਰਾਵਣ ਦੀ ਪਟਾਕਿਆਂ ਦੀ ਆਵਾਜ਼ ਇੰਨੀ ਕੁ ਤੀ, ਧਿਆਨ ਨਹੀਂ ਤਾਂ ਲੋਕਾਂ ਦਾ, ਲੋਕਾਂ ਦਾ ਪਤਾ ਨਹੀਂ ਲੱਗਿਆ ਹੁਣ ਦੇਖ ਵੀ ਬਹੁਤ ਭੱਜ ਨਹੀਂ ਹੋਇਆ, ਹੁਣ ਇੱਕ ਦੂਜੇ ਉੱਪਰ ਗਿਰੀ ਗਏ, ਅੱਧੇ ਤਾਂ ਦੈੜ ਕੇ ਹੀ ਮਰੇ ਯਾਰ। ਉਹ ਚੱਲ ਹੁਣ ਉੱਥੇ ਭਗਦੜ ਤਾਂ ਬਚਦੀ ਉਹ ਜਿਹਾ, ਪਤਾ ਨਹੀਂ ਕਿਆ ਇੱਕੋ ਕਹਿੰਦਾ ਕੁਛ ਕੁ ਸਕਿੰਟਾਂ ਵਿੱਚ ਖੇਲ ਜੀ ਬਣ ਗਈ, ਛੋਟੇ ਛੋਟੇ ਨਿਆਣੇ ਬਚ ਗਏ ਯਾਰ, ਐਂ ਬੈਠੇ ਤੇ ਐਂ ਛੋਟੇ ਛੋਟੇ ਨਿਆਣੇ ਜਿਹੜੇ ਤਾਂ ਗੱਬੇ ਰਹਿ ਗਏ ਉਹਦੇ ਟ੍ਰੇਨ ਦੇ, ਹੁਣ ਗੱਬੇ ਹੁਣ ਉਹ ਕਿਆ ਪਤਾ ਉੱਧਰ ਧੱਕਾ ਵੱਜ ਗਿਆ ਹੋਵੇ, ਪਤਾ ਹੀ ਲੱਗਿਆ ਹੈਗਾ ਉਹਦੇ ਵਿੱਚ ਵੀ ਕਿਆ ਹੋਇਆ ਸਾਰਾ ਵਿੱਚ। ਹਾਂ ਹਾਂ ਹਾਂ, ਉਸ ਤੋਂ ਬਾਅਦ ਦੇਖੋ ਜੀ ਹੁਣ ਫਿਰ ਕੀ ਕਹਿੰਦੇ ਆ, ਫਿਰ ਵੀ ਹੁਣ ਗਲਤੀ ਕਹਿੰਦੇ ਕਿਹੜੇ ਬੰਦੇ ਦੀ ਵਿੱਚ, ਬੰਦਿਆਂ ਨੂੰ ਚਾਹੀਦਾ ਤਾਂ ਵੀ ਜਦ ਦੇਖਦਾ ਵੀ ਇਹਦੇ ਟ੍ਰੇਨ ਵੀ ਆਉਣੀ ਆ, ਆਪਣਾ ਸਾਈਡ ਪਰ ਹੋ ਕੇ ਖੜਨਾ ਚਾਹੀਦਾ ਤਾ, ਇਹ ਵੀ ਦੇਖਣਾ ਚਾਹੀਦਾ ਵੀ ਰਾਉਂਡ ਨੂੰ ਵੀ ਅੱਗ ਲੱਗਣੀ, ਨੱਠਣਾ ਭੱਜਣਾ, ਇਹਦਾ ਟ੍ਰੇਨ ਆ ਗਈ ਫਿਰ ਕਿਆ ਹੋਊਗਾ, ਇਹ ਤਾਂ ਸੋਚਣਾ ਚਾਹੀਦਾ, ਬੰਦਿਆਂ ਦੀ ਗਲਤੀ ਆ ਬਾਈ। ਦੇਖੋ ਜੀ ਹੁਣ ਗਲਤੀ ਇਹਦੇ ਵੱਲ ਅਸੀਂ ਕਿਆ ਬੋਲ ਸਕਦੇ ਹਾਂ, ਠੀਕ ਹੈ, ਵੀ ਕਿਹੜੇ ਬੰਦੇ ਦੀ ਗਲਤੀ ਹੈ। ਮੇਰੇ ਖਿਆਲ 'ਚ ਕੱਲ੍ਹ ਕੁ ਪਰਸੋਂ ਇੱਕ ਵੀਡੀਓ ਮੈਂ ਪਾਈ ਸੀ, ਉਹਦੇ ਵਿੱਚ ਮੈਂ ਇਹੀ ਕਿਹਾ ਸੀ, ਜਿਹੜੇ ਬੰਦੇ ਨੇ ਉੱਥੇ ਪ੍ਰੋਗਰਾਮ ਕਰਾਇਆ, ਮੈਂ ਤਾਂ ਕਹਿੰਦਾ ਵੀ ਸ਼ਾਇਦ ਉਹਨਾਂ ਦੀ ਜ਼ਮੀਨ ਤਾਂ ਜ਼ਿਆਦਾ ਲੱਗਦੀ ਆ, ਜਿਹੜੇ ਬੰਦਿਆਂ ਨੂੰ ਉੱਥੇ ਇਹ ਪ੍ਰੋਗਰਾਮ ਸਾਰਾ ਵੀ ਗਲਤੀ ਯਾਰ, ਉਹਨਾਂ ਨੂੰ ਦੇਖਣਾ ਚਾਹੀਦਾ ਵੀ ਟ੍ਰੇਨ ਉਰੇ ਆਉਣੀ ਆ, ਕੈਬ ਤਾਂ ਵੀ ਰਸ਼ ਜ਼ਿਆਦਾ ਹੋ ਗਿਆ, ਰਸ਼ ਵੀ ਜ਼ਿਆਦਾ ਹੋ ਸਕਦਾ, ਤੇ ਹੁਣ ਜਾ ਕੰਟਰੋਲ ਤੇ ਬਾਹਰ, ਕੰਟਰੋਲ ਤੋਂ ਬਾਹਰ ਹੋ ਜਾ ਕੇ ਦੇਖਣਾ ਤਾਂ ਹੈਗਾ ਹੀ ਤੇ। ਹਾਂ ਹਾਂ, ਉਹਨੇ ਉਸ ਟਾਈਮ ਕਹਿੰਦੇ ਵੀ ਮੈਂ ਇੱਥੇ ਖਬਰ ਕਹਿੰਦੀ ਐਡਵਰਟਾਈਜ਼ਮੈਂਟ ਜ਼ਿਆਦਾ ਕਰੀ ਹੋਈ ਸੀ, ਇਕੱਠ ਪਤਾ ਨਹੀਂ ਉਹ ਤੋਂ ਜ਼ਿਆਦਾ ਹੋ ਗਿਆ ਫਿਰ ਉੱਥੇ, ਤੇ ਮੰਨਦੇ ਹੈ ਨਹੀਂ ਲੋਕ ਕਿਸੇ ਦੀ। ਹਾਂ, ਮੰਨ ਤਾਂ ਆਪਣੇ ਉਹੀ ਹੈ ਨਾ, ਫਿਰ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿੱਥੇ ਬਾਹਰ ਕਿਤੇ ਪ੍ਰੋਗਰਾਮ ਹੁੰਦਾ ਸਪੈਸ਼ਲ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਬੰਦੇ ਪਹਿਲਾਂ, ਠੀਕ ਹੈ, ਤੇ ਉਹ ਕਹਿੰਦੇ ਵੀ ਇੱਥੇ ਐਂ ਵੀ ਹੋ ਸਕਦਾ, ਉਹ ਨੈਗੇਟਿਵ ਪੋਜ਼ਿਟਿਵ ਸਾਰਾ ਕੁਝ ਦੇਖਦੇ ਵੀ ਇੱਥੇ ਐਂ ਵੀ ਹੋ ਸਕਦਾ, ਭਗਦੜ ਵੀ ਮੱਚ ਸਕਦੀ ਹੈ ਵੀ ਬੰਦੇ ਨੂੰ ਕੰਟਰੋਲ ਕਰਨ ਵਾਸਤੇ, ਹਾਂ ਸਾਰਾ ਉੱਥੇ ਹੁੰਦਾ। ਦੇਖ ਹੁਣ ਆਪਾਂ ਤਾਂ ਇੱਥੇ ਬੈਠ ਕੇ ਅਸੀਂ ਗੱਲਾਂ ਹੀ ਕਰ ਸਕਦੇ, ਉਹੀ ਤਾਂ ਗੱਲ ਹੈ, ਠੀਕ ਹੈ, ਜਿਹੜੇ ਕਿਸੇ ਪਰਿਵਾਰ ਦਾ ਮੈਂਬਰ ਵਿਛੜਿਆ ਉਹਨਾਂ ਨੇ ਹੁਣ ਦੇ ਕਿਆ ਬੀਤੀ ਹੋਣੀ, ਉਹੀ ਤਾਂ ਗੱਲ ਹੈ। ਕੱਲ੍ਹ ਦੇ ਜਦੋਂ ਸਵੇਰੇ ਉੱਠਦੀ ਸਾਰ ਮੈਂ 8:30 ਵਜੇ ਮੇਰੇ ਵਾਈਫ ਕੋਲ ਫੋਨ ਸੀ ਇਹ, ਅਤੇ ਉਹਨੇ ਉਹਦੇ ਫੇਸਬੁੱਕ ਦੇਖ ਰਹੀ ਸੀ, ਐਂ ਸਕਰੋਲ ਕਰ ਰਹੀ ਸੀ, ਉਹ ਜਦ ਉਹਨੇ ਸਕਰੋਲ ਜਿਹਾ ਕਰਿਆ ਉੱਪਰ ਨੂੰ ਅਤੇ ਮੈਸੇਜ ਆਇਆ ਵਿੱਚ, ਮੈਂ ਰੁਕ ਰੁਕ ਪਿੱਛੇ ਕਰੀ, ਉਸ ਤੋਂ ਬਾਅਦ ਮੈਂ ਫਿਰ ਵਟਸਐਪ ਦੇਖਿਆ ਬਾਈ, ਮੈਂ ਵੀ ਇੱਥੇ ਦੇਖਿਆ ਤਾਂ ਵਟਸਐਪ, ਹਾਂ 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 ਹਾਂ,
ਹੋਰ ਬਾਈ ਜੀ ਕਿਆ ਹਾਲ ਹੈ? ਮੋਟਰਸਾਈਕਲ ਧੂਆ ਕਿੰਨਾ ਮਾਰ ਦੋ ਚੱਕਦਾ ਪਰਵਾਹ ਨਹੀਂ ਹੈਗੀ। ਦੇਖੋ ਉਹੀ ਗੱਲ ਕਰਦੇ ਹੁਣ ਆਪਾਂ ਤਾਂ ਮੈਂ ਕਹਿੰਦਾ ਵੀ ਆਪਾਂ ਤਾਂ ਗੱਲਾਂ ਮਾਰ ਸਕਦੇ ਇੱਥੇ ਬੈਠੇ ਵੀ ਮੈਨੂੰ ਮੈਂ ਤੁਹਾਨੂੰ ਸਮਝਾ ਚੁੱਕਿਆ ਵੀ ਇੱਦਾਂ ਆਏ ਟ੍ਰੇਨ ਦਾ ਚੱਕਰ ਹੋਇਆ ਸੀ ਸਾਰਾ। ਹੁਣ ਅਸੀਂ ਤਾਂ ਕਹਿ ਨਹੀਂ ਸਕਦੇ, ਦੇਖੋ ਜਿਹੜੇ ਬੰਦੇ ਆਪਾਂ ਵਰਗੇ ਆਪਾਂ ਨੂੰ ਵੀ ਚਾਹੀਦਾ ਵੀ ਇੱਥੋਂ ਟ੍ਰੇਨ ਲੰਘਣੀ ਆ ਉਹੀ ਤਾਂ ਅਸੀਂ ਨਾ ਖੜੀਏ, ਠੀਕ ਹੈ। ਦੂਜਾ ਜਿਹੜੇ ਬੰਦੇ ਨੇ ਪ੍ਰੋਗਰਾਮ ਡਾਇਰੈਕਟ ਕਰਿਆ, ਠੀਕ ਹੈ, ਜਿਹੜੇ ਬੰਦੇ ਜਿਹੜੇ ਉੱਥੇ ਦੇ ਪ੍ਰਬੰਧਕ ਤੇ ਉਹਨਾਂ ਨੂੰ ਵੀ ਚਾਹੀਦਾ ਸੀ ਵੀ ਇੱਥੇ ਆਏ ਵੀ ਹੋ ਸਕਦਾ ਟ੍ਰੇਨ ਵੀ ਆ ਸਕਦੀ ਹੈ। ਹੁਣ ਆਪਣੇ ਰੋਪੜ ਆ ਰਾਮਲੀਲਾ ਵਿੱਚ ਕਰਾਉਂਦੇ ਨੇ ਹੁਣ ਚਾਲਾ ਗਲਤੀ ਆ ਗਈ, ਅੱਗੇ ਨੂੰ ਅਕਲ ਆ ਜੂਗੀ ਨਾ। ਅਕਲ ਤਾਂ ਉਹ ਫਿਰ ਉਹ ਤਾਂ ਅਕਲ ਦਾ ਫਤ ਹੁਣ ਕਿਹਾ 200 ਬੰਦਾ ਮਰ ਗਿਆ ਹੁਣ ਅਕਲ ਦਾ ਫਿਰ ਹੁਣ ਤਾਂ ਅਕਲ ਉਹਨਾਂ ਨੇ ਵੀ ਜਾਣ ਬੁੱਝ ਕੇ ਨਹੀਂ ਮਾਰਿਆ, ਹੁਣ ਇਹ ਤਾਂ ਕੁਦਰਤੀ ਹੋਇਆ ਜੋ ਕੁਦਰਤ ਆ ਨਹੀਂ ਇਹ ਬਚਾਅ ਹੋ ਸਕਦਾ ਸੀ ਯਾਰ ਇਹ ਚੀਜ਼ ਦਾ। ਜੇ ਉਹ ਉਹਨਾਂ ਨੂੰ ਸੋਚਦੇ ਨਾ ਵੀ ਉਰੇ ਰਾਮ ਨੇ ਫੁੱਕਣਾ, ਉਰੇ ਗੱਡੀਆਂ 3 ਟਪਟਰੀਆਂ ਆਏ ਜ਼ਿਆਦਾ, ਫਿਰ ਟ੍ਰੇਨ ਦਾ ਟਾਈਮ ਮੜਾ ਜਾਂ ਰੋਕ ਆਪਣੇ ਰੋਪੜ ਵਿੱਚ ਕਿਤੇ ਵੀ ਚੰਡੀਗੜ੍ਹ ਵਿੱਚ ਚਲੇ ਜਾਂਦੇ। ਕਹਿੰਦੇ ਅਸੀਂ ਤਾਂ ਫਾਟਕ ਲਾ ਦਿੰਦੇ ਹਾਂ ਜੀ, ਕਹਿੰਦੇ ਫਾਟਕ ਵੀ ਲਾਤਾ ਟ੍ਰੇਨ ਵਾਲੇ, ਕਹਿੰਦੇ ਵੀ ਹੁਣ ਮੈਂ ਬੋਲਣ ਨਹੀਂ ਬੋਲ ਸਕਦੇ ਜੀ ਗੱਲਾਂ ਜਿਹੜੀ ਵਿੱਚ ਹੋਈਆਂ ਹੋਈਆਂ ਵੀ ਇੱਦਾਂ ਦੇ ਐਂ ਹੋ ਸਕਦਾ ਐਂ ਹੋ ਸਕਦਾ। ਤੇ ਚਲੋ ਤੁਸੀਂ ਆਪਣਾ ਕੰਟਰੋਲ ਕਿੱਥੇ ਹੁੰਦੀ ਭਾਈ, ਜਦ ਨਾ ਕਹਿੰਦੇ ਐਡੀ ਦੂਰ ਤੇ ਬ੍ਰੇਕ ਵੱਜਣੇ ਸ਼ੁਰੂ ਹੋ ਜਾਂਦੇ, ਜਦ ਹੌਲੀ ਹੌਲੀ ਰੁਕਦੀ ਡੱਬੇ ਦਾ ਬੈਲੈਂਸ ਵਿਗੜ ਜਾਂਦਾ ਜੇ ਇਕੱਠੀ ਬ੍ਰੇਕ ਮਾਰ ਦੇਵੇ ਪਿੱਛੇ ਵਾਲਾ ਦਾ, ਵਿੱਚ ਸਵਾਰੀਆਂ ਬੀਤੀਆਂ ਉਹ ਫਿਰ ਉਹ ਮਾਰਦੇ ਤੇ ਨਹੀਂ 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 ਚੱਲ ਹੁਣ ਕਹਿੰਦੇ ਟ੍ਰੇਨ ਦੇ ਦੂਰ ਤੇ ਕਹਿੰਦੇ ਹੌਰਨ ਨਹੀਂ ਮਾਰਿਆ ਹੈਗਾ ਉਹਨੇ, ਹੁਣ ਇੰਨੇ ਪਟਾਕਿਆਂ ਵੀ ਥੋੜੀ ਹੌਰਨ ਸੁਣਨਾ ਸੀ। ਉਹਨਾਂ ਵੱਜਦੇ ਯਾਰ ਲੰਘਦੀ ਆ ਗੱਡੀਆਂ, ਹੌਰਨ ਵੱਜਦੇ ਸੁਣਦੇ ਆ ਪਰ ਲੋਕ ਨਹੀਂ ਨਾ ਸੁਣਦੇ। ਚਲੋ ਹੁਣ ਰੱਬ ਰਾਖਾ ਜੋ ਹੋ ਗਿਆ। ਚੱਲ ਅਸੀਂ ਤਾਂ ਬਾਈ ਹੁਣ ਇੱਥੇ ਬੈਠੇ ਸੀ, ਮੈਂ ਚੱਲ ਵੀ ਮੈਨੂੰ ਤੁਹਾਡੇ ਮੈਸੇਜ ਟੈਲੀਫੋਨ ਬਹੁਤ ਆਉਂਦੇ ਸੀ ਵੀ ਇਹਦੇ ਬਾਰੇ ਕੁਛ ਵੀਡੀਓ ਬਣਾ ਕੇ ਪਾ ਦਿਓ ਵੀ ਸਾਨੂੰ ਪਤਾ ਲੱਗ ਜਾਵੇ ਹਰੇਕ ਕਿ ਮੈਨੂੰ ਜਦੋਂ ਮੈਂ ਉਸ ਤੋਂ ਬਾਅਦ ਦਿਨ 'ਚ 5-7 ਟੈਲੀਫੋਨ ਵੀ ਆਏ ਬਾਹਰੋਂ, ਬੜਾ ਪੁੱਛਿਆ ਵੀ ਇਹਦਾ ਇਹਦਾ ਕੀ ਚੱਕਰ ਹੋਇਆ ਸਾਰਾ, ਮੈਂ ਸਾਰਾ ਹੁਣ ਦੱਸ ਚੁੱਕਿਆ ਵੀ ਇਹ ਤਾਂ ਐਂ ਸੀ ਐਂ ਅਤੇ ਐਂ ਗੱਲ ਸੀ। ਬਾਕੀ ਨਿੰਮੇ ਬਾਈ ਨੇ ਵੀ ਦੱਸਤਾ ਜਦੇ ਕੀ ਕਹਿੰਦੇ ਜਦ ਹੀ ਮਨ ਬਹੁਤ ਉਦਾਸ ਜਿਹਾ ਹੋਇਆ ਬਹੁਤ, ਜਿਹਦੇ ਹੁਣ ਪੈ ਜੋ ਘਰ ਦਾ ਇਕੱਲਾ ਹੀ ਕਮਾਉਣੇ ਵਾਲਾ ਉਹ ਦੇਖ ਬਹੁਤ ਬੁਰਾ ਹਾਲ ਹੈ। ਤੇ ਮੈਨੂੰ ਐਂ ਵੀ ਪੁੱਛਦਾ ਸੀ ਭਾਜੀ ਕੋਈ ਤੁਹਾਡਾ ਕੋਈ ਜਾਣ ਪਛਾਣ ਤੇ, ਉਹ ਸਾਤੋਂ ਤਾਂ ਬੜਾ ਦੂਰ ਹੈ, ਮੈਂ ਕਿਹਾ 200 ਕਿਲੋਮੀਟਰ ਦੂਰ ਹੋਣਾ। ਦੇਖੋ ਜੀ ਸਾਤੋਂ ਤਾਂ ਤਕਰੀਬਨ 150-200 ਕਿਲੋਮੀਟਰ ਦੂਰ ਹੈ ਜਿੱਥੇ ਇਹ ਕਾਂਡ ਹੋਇਆ। ਤੇ ਹੁਣ ਫੌਜੀ ਬਾਈ ਆ ਚੁੱਕਿਆ, ਆਪਾਂ ਇਹਦੇ ਪੁੱਛ ਲੈਂਦੇ ਬਾਈ, ਬਾਈ ਇਹ ਤਾਂ ਗੱਭੇ ਆਇਆ ਤੂੰ, ਤੂੰ ਦੱਸ ਹੁਣ ਪ੍ਰਤੀਕਰਮ ਤੇ ਇੱਥੇ ਪੁੱਛਦੇ ਬਾਈ। ਸਾਬਕਾ ਫੌਜੀ ਸਾਹਿਬ ਹੋਸ ਫੌਜੀ ਬਾਈ ਕੀ ਹਾਲ ਹੈ? ਠੀਕ ਆ ਜੀ, ਠੀਕ ਹੈ, ਬਹੁਤ ਵਧੀਆ। ਹੋਰ ਬਾਲ ਬੱਚੇ? ਬਸ ਚੜ੍ਹਦੀ ਗੱਲ ਆ ਜੀ। ਹਾਂ ਹੁਣ ਬਾਈ ਜਿਹੜਾ ਇੱਥੇ ਅੰਮ੍ਰਿਤਸਰ ਕਿਹੜੇ ਬੰਦੇ ਦੀ ਗਲਤੀ ਆ? ਗਲਤੀ ਤਾਂ ਹੁਣ ਤਕਰੀਬਨ ਜੇ ਕਿਸੇ ਤਾਂ ਆਪਣੇ ਬੰਦਿਆਂ ਦੀ ਉਹ ਆ, ਉਹਨਾਂ ਨੂੰ ਪਤਾ ਟ੍ਰੇਨ ਦੇ ਲਾਗੇ ਆ, ਸਭ ਕੁਝ ਕਰ ਰਹੇ ਆ ਕੰਮ, ਇਹ ਟ੍ਰੇਨ ਵੀ ਚੱਲਦੀ ਆ, ਸਭ ਕੁਝ ਪਤਾ, ਨਾਲੇ ਰੋਜ਼ ਦਾ ਕੰਮ ਆ ਉਹਨਾਂ ਦਾ, ਵੀ ਇਹ ਕੰਮ ਉਹਨਾਂ ਨੂੰ ਰੇਲਵੇ ਲਾਈਨ ਦੇ ਨੇੜੇ ਨਹੀਂ ਕਰਨਾ ਚਾਹੀਦਾ ਸੀ, ਨੇੜੇ ਨੇ ਇਹ ਵੀ ਹਾਂ ਇਹ ਵੀ ਹੋ ਸਕਦਾ ਸੀ। ਹਾਂ ਲਾਈਨ ਦੇ ਨੇੜੇ ਨਹੀਂ ਕਰਦੇ ਵੀ ਉਸ ਟਾਈਮ ਭਗਦੜੀ ਮੱਚ ਆਪਣੇ ਰੋਪੜ ਹੋਇਆ ਆਪਣੇ ਇੱਕ ਵਾਰੀ ਕਾਂਡ, ਬਿਲਕੁਲ ਬਿਲਕੁਲ ਸਾਡੇ ਰੋਪੜ ਇੱਕ ਵਾਰੀ ਕਾਂਡ ਹੋ ਚੁੱਕਿਆ ਹੈ ਜਦੋਂ ਰਾਵਣ ਨੂੰ ਲੱਗੀ ਸੀ ਅੱਗ ਲਾਈ ਨਾ, ਉੱਥੇ ਲੋਕ ਹਫਦੜ ਵੱਜ ਗਈ, ਭੱਜ ਲਏ ਲੋਕ, ਮੈਂ ਕਿਹਾ ਦੋ ਇੱਕ ਬੰਦਾ ਹੀ ਮਰਿਆ ਸੀ ਜਦ ਥੱਲੇ ਦੱਬ ਕੇ, ਇਹ ਉਸ ਇਹ ਤਾਂ ਜਦੋਂ ਉੱਥੇ ਅੱਗ ਲੱਗਦੀ ਨਾ ਪਟਾਕੇ ਉਹਨਾਂ ਵਿੱਚ ਸੁੱਕਣਾ ਵੀ ਪਈਆਂ ਹੁੰਦੀਆਂ, ਕਦੇ ਇੱਧਰ ਨਿਕਲਦੀ ਕਦੇ ਉੱਧਰ ਨਿਕਲਦੀ ਆ, ਠੀਕ ਹੈ ਨਾ। ਉਸ ਟਾਈਮ ਲੋਕ ਭੱਜਦੇ ਫਿਰ ਪਿੱਛੋਂ ਨੂੰ ਕਿ ਉਹਦੇ ਕਲੋਸ ਖੜੇ ਹੁੰਦੇ ਬਹੁਤ, ਕਿ ਉਹਦਾ ਸੇਕ ਵੀ ਬਹੁਤ, ਇੰਨੇ ਕੁ ਪਟਾਕੇ ਪਾਏ ਹੁੰਦੇ ਵਿੱਚ ਅੱਗ ਲੱਗਦੀ ਆ, ਉਹਦਾ ਸੇਕ ਬਹੁਤ ਨਿਕਲਦਾ, ਹਾਂ ਉਹਦਾ ਸੇਕ ਬਹੁਤ ਨਿਕਲਦਾ ਵਿੱਚ ਨਿੰਮੇ ਨਿੰਮਾ ਵੀ ਨਿੰਮੇ ਬਾਈ ਵੀ ਨਾ ਦੱਸ ਉਹ ਘਰ ਦਾ ਟੈਲੀਫੋਨ ਕਰ ਰਹੇ ਆ ਵੀ ਕਿੰਨੇ ਕਰਾਏ ਕਿੰਨੇ ਕੁ ਝਾੜ, ਹੁਣ ਅਸੀਂ ਚਾਹ ਲੈ ਕੇ ਆਏ ਹਾਂ। ਨਿੰਮਾ ਵੀ ਘੈਂਟ ਕਰਦਾ। ਹੋਰ ਦਰਸ਼ਨ ਬਾਈ ਕਿੰਨਾ ਕੁ ਜੀਡੀ ਦਾ ਕਿੰਨਾ ਕਰਾਇਆ ਗਿਆ, ਕਿੰਨਾ ਕੁ ਨਿਬੜ ਗਿਆ? ਬਸ 2 ਕਿਲੇ ਰਹਿ ਗਏ ਵੱਢਣ ਦੇ, ਭਈਏ ਲੱਗੇ ਹੋਏ ਵੱਢਣ। ਹੋਰ ਨਿੰਮੇ ਕਿਆ ਗੱਲ ਹੋਊਗੀ ਬਾਈ? ਉਹ ਪੁੱਛੀ ਜਾਣੇ ਜੀਰੀ ਝਾੜ ਲਈ, ਮਹਾਂ ਵੀ ਹੁਣ ਝਾੜੂਗੇ ਭਈਏ, ਤੈਨੂੰ ਫੋਨ ਕਰ ਦੂੰਗਾ। ਹਾਂ ਆਪਾਂ ਲੱਗੇ ਨਾਲ ਨਹੀਂ ਉਹਨਾਂ ਦੇ? ਨਾ ਨਾ ਦੇਖ ਲੈ ਉਹਨਾਂ ਝਾੜ ਦੇਣੇ ਹੁਣ। ਹਾਂ ਇਹ ਸੀ ਗੱਲਾਂ ਬਾਈ ਆਪਣੀਆਂ ਹੁਣ ਜਿਹੜੀਆਂ ਹੁਣ ਵਿੱਚ ਕਰੀਆਂ, ਸਾਡੇ ਹਰੇਕ ਪਾਸੇ ਆਹੀ ਗੱਲਾਂ ਹੋ ਰਹੀਆਂ, ਟੀ ਵੀ 'ਚ ਕਿਹਾ, ਨਿਊਜ਼ਾਂ 'ਚ ਕਿਹਾ, ਚਾਰੇ ਪਾਸੇ ਆਹੀ ਗੱਲਾਂ ਫੈਲੀਆਂ ਹੋਈਆਂ। ਇਹ ਤਾਂ ਬਾਈ ਹੁਣ ਆਪਾਂ ਦਰਸ਼ਨ ਵੀ ਆਪਾਂ ਤਾਂ ਗੱਲਾਂ ਕਰ ਸਕਦੇ ਹਾਂ ਜਿਹਨਾਂ ਨਾਲ ਬੀਤੀ ਆ ਨਾ ਉੱਥੇ, ਉਹਨਾਂ ਦਾ ਜੋ ਵੀ ਹੋਇਆ ਕੰਮ ਬਹੁਤ ਮਾੜਾ, ਜਿਹਦਾ ਦਿਲ ਕਮਜ਼ੋਰ ਆ ਨਾ, ਦਿਲ ਕਮਜ਼ੋਰ ਵਾਲਾ ਤਾਂ ਦੇਖੋ ਨਾ ਜਾਓ ਨਾ ਕਰੋ। ਹਾਂ ਬਾਈ ਕਹਿੰਦੇ ਵੀ ਉਹਦਾ ਵੀ ਉਹ ਦਿਲ ਕਮਜ਼ੋਰ ਵਾਲੇ ਨੂੰ ਕੌਣ। ਅਤੇ ਇਹ ਸੀ ਗੱਲਾਂ ਬਾਈ ਹੁਣ ਮੈਂ ਤੁਹਾਨੂੰ ਸਾਰਾ ਦੱਸਤਾ ਵੀ ਇੱਦਾਂ ਇੱਕ ਪਹਿਲਾਂ ਟ੍ਰੇਨ ਲੰਘੀ ਬਾਈ ਉੱਥੇ ਦੀ, ਕਹਿੰਦੇ ਪਹਿਲਾਂ ਇੱਕ ਟ੍ਰੇਨ ਲੰਘੀ ਆ,
ਤੇ ਜਦੋਂ ਇੱਕ ਪਹਿਲਾਂ ਟ੍ਰੇਨ ਲੰਘੀ ਲੋਕ ਸਾਈਡ ਹੋ ਗਏ ਜਿਸ ਟਾਈਮ ਉਸ ਟਾਈਮ ਰਾਵਣ ਨੂੰ ਅੱਗ ਲਾ ਤੀ ਉੱਧਰ ਪਟਾਕਿਆਂ ਦੀ ਆਵਾਜ਼ ਆ ਗਈ ਉੱਧਰ ਦੀ ਟ੍ਰੇਨ ਆ ਗਈ ਚਲੋ ਬਾਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਫਿਰ ਅਗਲੀ ਵੀਡੀਓ ਦੇ ਵਿੱਚ ਬੋਮ।